राम राम ये राजस्थान तो ले हम दिखा के राम 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 होते नहीं सब रे कहते की ले के ना भी यारो ना खाया तू पैसे दे काट ऊपर आ दे पैसे की ले के आया ए 100 रुपए दा ले होना खोवा खोवा मेरी गाल सुन ओए रे 100 रुपए दा खोवा पैसे रिक्शे ते होना 1000 रुपए दा करा के 100 रुपए दा पता कितना कोना चक्क वाली ना पैसा तू ही रखे ते ना ले ना कार करा के ले कार करा के ले हैं होली खेलनी हां जी ਗੋਲੇ ਬਣਾਉਣ ਲੱਗੇ ਅਸੀਂ ਟਿੱਕੀਆਂ ਨਹੀਂ ਬਣਾਉਣ ਲੱਗੇ ਤਰਲੇ ਟਿੱਕੀ ਖਾਣ ਵਾਸ ਕਰੋ ਟਿੱਤੀ ਥਾਣੀ ਤੂੰ ਉੱਥੇ ਬਣਾ ਕੇ ਦੋ ਟਿੱਕੀ ਖਾਣੀ ਦੋ ਟਿੱਕੀ ਖਾਣੀ ਹੋਣੀ ਆ ਤੇ 100 ਕੀ ਲਿਆਉਣੀ ਹਾਂ ਹਾਂਜੀ ਹੈ ਹਾਂ ਤੇ ਅੱਧਾ ਕਿਲੋ ਸੂਜੀ ਤਾਂ ਹੋਲੀ ਕਿੰਨੀ ਤਰੀਕ ਦੀ ਆ 6 ਤੁਹਾਨੂੰ ਸਾਲ ਅੱਜ ਹੀ ਚਾਹੀਦੇ ਗੋਲੇ ਅੱਜ ਬਣਾਵਾਂਗੇ ਦੋ ਦਿਨ ਬਣਾ ਕੇ ਰੱਖਾਂਗੇ ਤਾਂ ਖਾਵਾਂਗੇ ਅਸੀਂ ਦੋ ਦਿਨ ਜੀ ਸਾਲਿਆਂ ਨੇ ਅੱਜ ਬਣਾਏ ਅੱਜ ਹੀ ਦੇਖੀ ਤੁਸੀਂ ਸਾਲਿਆਂ ਦੂਜੇ ਦਿਨ ਕਹਿੰਦਾ ਨਾ ਮੁੱਕ ਗਿਆ ਨਹੀਂ ਉਹ ਤਾਂ ਗੋਲੇ ਬਣ ਗਿਆ ਜੀ ਤੇ ਲੈ ਆਉਂਦੀਆਂ ਨੇ ਪਹਿਲੇ ਜਦੋਂ ਕੜਾਈ ਚਾੜਨੀ ਆ ਤੋ ਰੱਖਣੀ ਨਹੀਂ ਫੇਰ ਲੈ ਆਵਾਂਗੇ ਟੇਬਲ ਤੇ ਫੇਰ ਖਾ ਕੇ ਵੀ ਦੇਖਾਂਗੇ ਕਿਦਾਂ ਦੇ ਸਵਾਦ ਹੀ ਗਰਮ ਗਰਮ ਲੁਤਰੀ ਸੜ ਜੂਗੀ ਠੰਡੇ ਹੋ ਕੇ ਖਾਵਾਂਗੇ ਤਾਂ ਸਹੀ ਤੇ ਪਾਣੀ ਤੋਂ ਪਾਣੀ ਨਜ਼ਾਰਾ ਵੀ ਆਊਗਾ ਨਹੀਂ ਤਾਂ ਲੁਤਰੀ ਸੜ ਵਾਲਾ ਤੇਰਾ ਮੂੰਹ ਆ ਗਰਮ ਗਰਮ ਖਾ ਜਾਣਾ ਤੀਗਾ ਸਾਡੀ ਟਿੱਕੀ ਖਾਣੀ ਆ ਤਾਂ ਸਾਡੇ ਪਾਣੀ ਚ ਭੇਬੇ ਖਾ ਲਿਓ ਮੰਮੀ ਰਹਿੰਦੇ ਯਾਰ ਕੀ ਰਹਿੰਦੇ ਹੁਣ ਕਹੋ ਮੈਂ ਕੀ ਲੈ ਕੇ ਆਣਾ ਗੋਜੇ ਦਾ ਸਮਾਨ ਛੁੱਟਣੀ ਮੈਂ ਤੇਰੇ 5 ਰੁਪਏ ਉੱਤੇ ਮਾਦਾ ਜਾਊਗੀ ਚੱਕ ਦੇ ਬਟੇ ਜੀ 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 ਕਿੰਨੀ ਓਏ ਚੱਕ ਕਰੋ ਕਿੰਨੀ ਦੀ ਦੀ ਹੋਣੀ ਓਏ 6 ਕੋਲੀ ਕਿੰਨੀ ਦੀ ਦੀ 6 ਕਹਿੰਦਾ 4 ਤਰੀਕ ਦੀ ਆ ਕਿੰਨੇ ਦੀ 6 6 ਦੀ ਹੁੰਦੀ 6 ਹੁੰਦੀ ਮਾਮਾ 6 ਚੱਲ ਤੂੰ ਭੰਗੜਾ ਪਾ ਲੈ ਇਹ ਸਾਲਾ ਉਰਦੂ ਚ ਦੱਸਦਾ ਛੀ ਤੂੰ ਹੋਰ ਟਿੱਕੀ ਖਾਣੀਆਂ ਲੈ ਕੁੜੀ ਆ ਟਿੱਕੀ ਦੀ ਜੜੀ ਪਈ ਆ ਇਹ ਤੂੰ ਸਮੋਸਾ ਕਹਿ ਦੇ ਟਿੱਕੀ ਖਾਣੀਆਂ ਟਿੱਕੀ ਖਾਣੀਆਂ ਇਹਨੂੰ ਕਾਗਜ਼ ਤੇ ਲਿਖ ਕੇ ਤੇਰਾ ਟਿੱਕੀ ਚੋਜ ਵਰਗਾ ਮੂੰਹ ਹੈ ਨਾ ਟਿੱਕੀ ਦਾ ਇਹ ਕਾਗਜ਼ ਤੇ ਕਰੀਏ ਤਾਂ ਮੰਗਾਓ ਮੈਂ ਪੂਰਾ ਅੱਧੇ ਰੰਗ ਕਰ ਲੂੰ ਮਾਦਾ ਨੇ ਕੀ ਖਾਣਾ ਅੱਜ ਲੰਚੀ ਨਹੀਂ ਅਸੀਂ ਦੋ ਖਾਣੇ ਸੀ ਕੋਲੇ ਮਾਦਾ ਨੇ ਦੱਬ ਕੇ ਦੇ ਉਹ ਕਾਲੀਆ ਇਧਰ ਆ ਕੀ ਗੱਲ ਆ ਕਾਲੀਆ ਕਪੜਾ ਇੱਕ ਥੱਪੜ ਠਾ ਆ ਜਾ ਮਾਸੀ ਕੇ ਜਾ ਰਹੇ ਤੇ